ਸਾਤਿਰੀਆ ਕਾਲ ਜੀ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਅੱਜ ਅਸੀਂ ਡੇਲੀ ਕਰੰਟ ਜੀਕੇ ਦਾ ਪਾਰਟ ਨੰਬਰ 2 ਲੈ ਕੇ ਆਏ ਹਾਂ ਇਸ ਵੀਡੀਓ ਵਿੱਚ ਅਸੀਂ 50 ਮਹੱਤਵਪੂਰਨ ਪ੍ਰਸ਼ਨਾਂ ਉੱਤੇ ਕਰਾਂਗੇ ਚਰਚਾ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਪਿਛਲੀ ਵੀਡੀਓ ਵਿੱਚ ਪੁੱਛੇ ਗਏ ਸਵਾਲ ਬਾਰੇ ਕਿ ਦੱਖਣੀ ਭਾਰਤ ਵਿੱਚ ਸਿੰਚਾਈ ਦਾ ਮੁੱਖ ਸਾਧਨ ਕੀ ਹੈ ਤੁਸੀਂ ਕਮੈਂਟ ਬਾਕਸ ਵਿੱਚ ਇਸ ਸਵਾਲ ਦਾ ਬਿਲਕੁਲ ਸਹੀ ਉੱਤਰ ਤਹਿ ਜੀ ਦੱਖਣੀ ਭਾਰਤ ਵਿੱਚ ਸਿੰਚਾਈ ਦਾ ਮੁੱਖ ਸਾਧਨ ਹੈ ਟੈਂਕ ਤਲਾਬ ਸਵਾਲ ਨੰਬਰ 52 ਮਨੁੱਖੀ ਪਾਚਨ ਪ੍ਰਣਾਲੀ ਦਾ ਸਭ ਤੋਂ ਲੰਮਾ ਭਾਗ ਕਿਹੜਾ ਹੈ ਇਹ ਹੈ ਜੀ ਛੋਟੀ ਅੰਤਰ ਸਾਡਾ ਸੂਰਜ ਮੰਡਲ ਕਿਸ ਗੈਲੈਕਸੀ ਵਿੱਚ ਆਉਂਦਾ ਹੈ ਇਹ ਆਉਂਦਾ ਹੈ ਜੀ ਮਿਲਕੀ ਵੇ ਸਵਾਲ ਨੰਬਰ 54 ਤਰਤੀਬ ਅੱਗੇ ਵਧਾਉਣ ਲਈ ਉੱਤਰ ਚਿੱਤਰ ਵਿੱਚ ਸਹੀ ਉੱਤਰ ਲੱਭੋ ਇਸੇ ਸਹੀ ਉੱਤਰ ਆਵੇਗਾ ਜੀ ਅੜਾ ਅਗਲਾ ਸਵਾਲ ਜੀ ਬੁੱਧ ਗ੍ਰਹਿ ਸੂਰਜ ਦੁਆਲੇ ਆਪਣੀ ਪਰਕਰਮਾ ਕਿੰਨੇ ਦਿਨਾਂ ਵਿੱਚ ਪੂਰੀ ਕਰਦਾ ਹੈ ਇਹ ਕਰਦਾ ਹੈ ਜੀ 88 ਦਿਨਾਂ ਵਿੱਚ ਸਵਾਲ ਨੰਬਰ 76ਵਾਂ ਚਿੱਤਰ ਪੂਰਾ ਕਰਨ ਲਈ ਚਾਰਾਂ ਵਿੱਚੋਂ ਕਿਹੜਾ ਵਿਕਲਪ ਸਹੀ ਆਵੇਗਾ ਇਸ ਥਾਂ ਤੇ ਸਹੀ ਵਿਕਲਪ ਆਵੇਗਾ ਜੀ ਊੜਾ ਅੱਗ ਪਜਾਉ ਉਜੰਤਰਾ ਵਿੱਚ ਕਿਹੜੀ ਗੈਸ ਵਰਤੀ ਜਾਂਦੀ ਹੈ ਇਹ ਵਰਤੀ ਜਾਂਦੀ ਹੈ ਜੀ ਕਾਰਬਨ ਡਾਈਆਕਸਾਈਡ ਸਵਾਲ ਨੰਬਰ 58ਵਾਂ ਬਿਜਲੀ ਬਲਬ ਦਾ ਫਿਲਾਮੈਂਟ ਕਿਸ ਦਾ ਬਣਿਆ ਹੁੰਦਾ ਹੈ ਇਹ ਬਣਿਆ ਹੁੰਦਾ ਹੈ ਜੀ ਟੰਗਸਟਨ ਦਾ ਕਿਹੜਾ ਵਿਟਾਮਿਨ ਸੂਰਜ ਦੀ ਰੋਸ਼ਨੀ ਤੋਂ ਪ੍ਰਾਪਤ ਹੁੰਦਾ ਹੈ ਇਹ ਹੁੰਦਾ ਹੈ ਜੀ ਵਿਟਾਮਿਨ ਡੀ ਇੰਨਾ ਪੰਜਾ ਤਸਵੀਰਾਂ ਵਿੱਚੋਂ ਚਾਰ ਇੱਕੋ ਜੀਆਂ ਹਨ ਇੱਕ ਇਹਨਾਂ ਤੋਂ ਅਲੱਗ ਹੈ ਇਹ ਹੈ ਜੀ ਈਡੀ ਸਵਾਲ ਨੰਬਰ 66 ਬਿਜਲੀ ਦਾ ਰਾਮਾਪਨ ਲਈ ਕਿਸੇ ਅੰਤਰ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਕੀਤੀ ਜਾਂਦੀ ਹੈ ਜੀ ਐਮੀਮੀਟਰ ਦੀ ਵਰਤੋਂ ਤਰਤੀਬ ਅੱਗੇ ਵਧਾਉਣ ਲਈ ਉੱਤਰ ਚਿੱਤਰ ਵਿੱਚੋਂ ਸਹੀ ਵਿਕਲਪ ਲੱਭੋ ਸਹੀ ਉੱਤਰ ਆਵੇਗਾ ਜੀ ਈਡੀ ਚਤਰਪੂਜ ਦੇ ਚਾਰੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ ਇਹ ਹੁੰਦਾ ਹੈ ਜੀ 360 ਡਿਗਰੀ ਹੀ ਇਹ ਬੈਟ ਇਹ ਇੱਕ ਬੱਲਾ ਹੈ ਇਸ ਦੇ ਵਿੱਚ ਜੋ ਬੱਲਾ ਸ਼ਬਦ ਹੈ ਬੈਟ ਕਿਸ ਲਈ ਵਰਤਿਆ ਗਿਆ ਹੈ ਇਹ ਵਰਤਿਆ ਗਿਆ ਹੈ ਜੀ ਨਾਉਨ ਲਈ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੌਣ ਹਨ ਇਹ ਹਨ ਜੀ ਕੈਪਟਨ ਅਮਰਿੰਦਰ ਸਿੰਘ ਪ੍ਰੇਸ਼ਨ ਚੰਦੀ ਜਗ੍ਹਾ ਉੱਤਰ ਚਿੱਤਰ ਵਿੱਚੋਂ ਕਿਹੜਾ ਉੱਤਰ ਸਹੀ ਆਵੇਗਾ ਸਹੀ ਉੱਤਰ ਆਵੇਗਾ ਜੀ ਊੜਾ ਕੰਗਾਰੂ ਕਿਸ ਦੇਸ਼ ਦਾ ਰਾਸ਼ਟਰੀ ਜਾਨਵਰ ਹੈ ਜੋ ਕੰਗਾਰੂ ਹੈ ਜੀ ਇਹ ਹੈ ਆਸਟ੍ਰੇਲੀਆ ਦੇਸ਼ ਦਾ ਰਾਸ਼ਟਰੀ ਜਾਨਵਰ ਕੁੱਤਬ ਮੀਨਾਰ ਦੀ ਉਸਾਰੀ ਕਿਸ ਨੇ ਸ਼ੁਰੂ ਕੀਤੀ ਸੀ ਜੋ ਕੁੱਤਬ ਮੀਨਾਰ ਨਵੀਂ ਦਿੱਲੀ ਵਿੱਚ ਸਥਿਤ ਹੈ ਜੀ ਇਸੀ ਉਸਾਰੀ ਸ਼ੁਰੂ ਕੀਤੀ ਸੀ ਕুতਬਦੀਨ ਐਬਕ ਨੇ ਸਵਾਲ ਨੰਬਰ 70ਵਾਂ ਅੰਤਰਰਾਸ਼ਟਰੀ ਜੋਗ ਦਿਵਸ ਹਰ ਸਾਲ ਕਿਦੋਂ ਮਨਾਇਆ ਜਾਂਦਾ ਹੈ ਇਹ ਮਨਾਇਆ ਜਾਂਦਾ ਹੈ ਹਰ ਸਾਲ 21 ਜੂਨ ਨੂੰ ਮਾਈਕਰੋਸਕੋਪ ਦੀ ਵਰਤੋਂ ਕਿਹੜੀਆਂ ਵਸਤੂਆਂ ਦੇਖਣ ਲਈ ਕੀਤੀ ਜਾਂਦੀ ਹੈ ਜੋ ਮਾਈਕਰੋਸਕੋਪ ਹੈ ਜੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਛੋਟੀਆਂ ਅਤੇ ਨੇੜੇ ਦੀਆਂ ਵਸਤੂਆਂ ਨੂੰ ਦੇਖਣ ਲਈ ਪ੍ਰੇਸ਼ਨ ਚਿੱਤਰ ਜੋ ਇਹ ਪ੍ਰੇਸ਼ਨ ਚਿੱਤਰ ਹੈ ਜੀ ਇਹ ਉਤਰ ਚਿੱਤਰਾਂ ਵਿੱਚੋਂ ਕਿਸੇ ਇੱਕ ਵਿੱਚ ਛੁਪਿਆ ਹੋਇਆ ਹੈ ਤੁਸੀਂ ਦੱਸਣਾ ਹੈ ਕਿ ਇਹਨਾਂ ਵਿੱਚੋਂ ਉਹ ਕਿਹੜਾ ਹੈ ਇਸ ਵਾਲਾ ਸਹੀ ਉੱਤਰ ਆਵੇਗਾ ਜੀ ਸਸਾ ਸਵਾਲ ਨੰਬਰ 73 ਪਾਣੀ ਦਾ ਰਸਾਇਣਕ ਸੂਤਰ ਕੀ ਹੈ ਇਹ ਹੈ ਜੀ H2O ਹਾਈਡਰੋਜਨ ਦੇ ਦੋ ਤੱਤ ਅਤੇ ਆਕਸੀਜਨ ਦੇ ਇੱਕ ਤੱਤ ਤੋਂ ਮਿਲ ਕੇ ਪਾਣੀ ਬਣਦਾ ਹੈ ਚਿੱਤਰ ਵਿੱਚ ਕਿੰਨੇ ਕਣ ਜਾਂ ਬਲॉक्स ਹਨ ਇਸ ਦੇ ਵਿੱਚ ਟੋਟਲ ਕਣ ਹਨ ਜੀ B ਪੰਜਾਬ ਦੇ ਕਿਸ ਪਿੰਡ ਨੂੰ ਹਾਕੀ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ ਇਹ ਜਾਣਿਆ ਜਾਂਦਾ ਹੈ ਜੀ ਜਲੰਧਰ ਜ਼ਿਲ੍ਹੇ ਦੇ ਸੰਸਾਰਪੁਰ ਪਿੰਡ ਨੂੰ ਸਵਾਲ ਨੰਬਰ 76ਵਾਂ ਜੀ ਚੱਕਰ ਨੂੰ ਇੱਕ ਬਿੰਦੂ ਤੋਂ ਛੂਕੇ ਜਾਣ ਵਾਲੀ ਰੇਖਾ ਨੂੰ ਕੀ ਕਿਹਾ ਜਾਂਦਾ ਹੈ ਇਸ ਨੂੰ ਕਿਹਾ ਜਾਂਦਾ ਹੈ ਜੀ ਸਪਰਸ਼ ਰੇਖਾ ਸਵਾਲ ਨੰਬਰ 77ਵਾਂ ਸਿਲੈਕਟ ਦਾ ਮਿਸਿੰਗ ਨੰਬਰ ਫਰੋਮ ਦਾ 기ਵਨ ਕੁਐਸਚਨ ਸਹੀ ਉੱਤਰ ਆਵੇਗਾ ਜੀ 54 ਮਨੁੱਖੀ ਆਵਾਜ਼ ਦੇ ਬਕਸੇ ਵਿੱਚ ਕਿੰਨੇ ਬੋਕਲ ਕੋਡ ਹੁੰਦੇ ਹਨ ਇਹ ਹੁੰਦੇ ਹਨ ਜੀ ਦੋ ਅਗਲਾ ਸਵਾਲ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਕਿਸ ਰਾਜ ਵਿੱਚ ਸਥਿਤ ਹੈ ਇਸ ਸਥਿਥੇ ਜੀ ਉਤਰਾਂਚਲ ਪ੍ਰਦੇਸ਼ ਵਿੱਚ ਪੌਦੇ ਦੇ ਪੱਤਿਆਂ ਦੇ ਹੇਠਲੇ ਪਾਸੇ ਛੋਟੇ-ਛੋਟੇ ਛੇਕ ਹੁੰਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਇਹ ਇਹਨਾਂ ਨੂੰ ਕਿਹਾ ਜਾਂਦਾ ਹੈ ਜੀ ਸਟੋਮੇਟਾ ਸਵਾਲ ਨੰਬਰ 81ਵਾਂ ਜੋ ਇਹ ਪੰਜ ਤਸਵੀਰਾਂ ਦਿੱਤੀਆਂ ਗਈਆਂ ਹਨ ਇਹਨਾਂ ਦੇ ਵਿੱਚੋਂ ਚਾਰ ਤਸਵੀਰਾਂ ਆਪਸ ਵਿੱਚ ਮਿਲਦੀਆਂ ਹਨ ਅਤੇ ਇੱਕ ਤਸਵੀਰ ਇਹਨਾਂ ਵਿੱਚੋਂ ਵੱਖਰੀ ਹੈ ਇਹ ਹੈ ਜੀ ਈਡੀ ਸਵਾਲ ਨੰਬਰ 82ਵਾਂ ਡਿਕਸ਼ਨਰੀ ਦੇ ਅਨੁਸਾਰ ਅਸੀਂ ਦੱਸਣਾ ਹੈ ਕਿ ਇਹਨਾਂ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਪਹਿਲੇ ਨੰਬਰ ਤੇ ਆਵੇਗਾ ਇਹ ਆਵੇਗਾ ਜੀ ਸਸਾ ਹਵਾ ਮੈਲ ਭਾਰਤ ਦੇ ਕਿਸ ਰਾਜ ਵਿੱਚ ਸਥਿਤ ਹੈ ਜੋ ਹਵਾ ਮੈਲ ਹੈ ਜੀ ਇਸ ਇਥੇ ਹੈ ਭਾਰਤ ਦੇ Rajasthan ਦੇ Jaipur ਸ਼ਹਿਰ ਵਿੱਚ ਡੈਸਕਟਾਪ ਦੇ ਹੇਠਲੇ ਪਾਸੇ ਲੇਟ ਮੀ ਬਾਰ ਨੂੰ ਕੀ ਕਿਹਾ ਜਾਂਦਾ ਹੈ ਇਸ ਨੂੰ ਕਿਹਾ ਜਾਂਦਾ ਹੈ ਜੀ ਟਾਸਕ ਬਾਰ ਹਿੰਦੂ ਦੀ ਚਾਦਰ ਦੇ ਨਾਮ ਨਾਲ ਕਿਸ ਗੁਰੂ ਸਾਹਿਬ ਨੂੰ ਜਾਣਿਆ ਜਾਂਦਾ ਹੈ ਇਹ ਜਾਣਿਆ ਜਾਂਦਾ ਹੈ ਜੀ ਸਿੱਖਾਂ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਅਗਲਾ ਸਵਾਲ ਜੀ ਉਹ ਸਹਤਾ ਜੋ ਰੋਗੀ ਆ ਜ਼ਖਮੀ ਨੂੰ ਘਟਣਾ ਵਾਲੇ ਸਥਾਨ ਤੇ ਡਾਕਟਰ ਦੇ ਪਹੁੰਚਣ ਤੋਂ ਪਹਿਲਾਂ ਨਿਯਮ ਅਨੁਸਾਰ ਦਿੱਤੀ ਜਾਂਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਇਸ ਨੂੰ ਕਿਹਾ ਜਾਂਦਾ ਹੈ ਜੀ ਫਸਟ ਏਡ ਮੁੱਢਲੀ ਸਹਿਤਾ ਸਵਾਲ ਨੰਬਰ 87 ਵੱਖ-ਵੱਖ ਅੰਕਾਂ ਦਾ ਪ੍ਰਯੋਗ ਕਰਕੇ ਪੰਜ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਲਿਖੋ ਸਹੀ ਉੱਤਰ ਆਵੇਗਾ ਜੀ 10234 ਸਵਾਲ ਨੰਬਰ 88 ਵਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਕਿੰਵੇਂ ਗੁਰੂ ਸਨ ਇਹ ਸਨ ਜੀ ਨੌਵੇਂ ਗੁਰੂ ਚਿੱਤਰ ਪੂਰਾ ਕਰਨ ਲਈ ਚਾਰਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ ਇਸ ਵਾਲ ਸਹੀ ਉੱਤਰ ਆਵੇਗਾ ਜੀ ਸਸਾ ਸਵਾਲ ਨੰਬਰ 90 ਭਾਰਤੀ ਖੇਡ ਇਤਿਹਾਸ ਵਿੱਚ ਕਿਸ ਖਿਡਾਰੀ ਨੂੰ ਫਲਾਈਂਗ ਸਿੱਖ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਇਹ ਜਾਣਿਆ ਜਾਂਦਾ ਹੈ 400 ਮੀਟਰ ਦੇ ਦੜਾਕ ਸਰਦਾਰ ਮਿਲਖਾ ਸਿੰਘ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਦਫ਼ਤਰ ਕਿਹੜੇ ਸ਼ਹਿਰ ਵਿੱਚ ਸਥਿਤ ਹੈ ਇਹ ਹੈ ਜੀ ਮਹਾਲੀ ਸ਼ਹਿਰ ਵਿੱਚ ਜਿੰਨਾ ਸ਼ਬਦਾਂ ਤੋਂ ਕਿਸੇ ਮਨੁੱਖ ਵਸਤੂ ਜਾਂ ਥਾਂ ਆਦਿ ਦਾ ਪਤਾ ਲੱਗੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ ਜੀ ਆਮ ਨਾਮ ਦਿੱਤੇ ਗਏ ਚਾਰ ਉੱਤਰ ਚਿੱਤਰਾਂ ਵਿੱਚੋਂ ਕਿਹੜਾ ਚਿੱਤਰ ਪ੍ਰੇਸ਼ਨ ਚਿੱਤਰ ਨਾਲ ਮਿਲ ਕੇ ਵਰਗ ਬਣਾਵੇਗਾ ਸਹੀ ਉੱਤਰ ਹੈ ਜੀ ਈਡੀ ਚਿੱਤਰ ਸਵਾਲ ਨੰਬਰ 94 ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਕੌਣ ਸਨ ਇਹ ਸਨ ਜੀ ਮਾਤਾ ਨਾਨਕੀ ਜੀ ਅਗਲਾ ਸਵਾਲ ਜੀ ਅੰਕਾਂ ਦਾ ਜਹਾਜ਼ ਮੂਹ ਚੁਣੋ ਜਿਸ ਅਨੁਸਾਰ ਜੇ ਅੱਖਰਾਂ ਨੂੰ ਤਰਤੀਬ ਦਿੱਤੀ ਜਾਵੇ ਤਾਂ ਕੋਈ ਸਾਰਥਕ ਸ਼ਬਦ ਬਣ ਜਾਵੇ ਸਹੀ ਉੱਤਰ ਆਵੇਗਾ ਜੀ ਈਡੀ 4 3 2 5 1 6 ਜੇਕਰ ਅਸੀਂ ਏਡੀ ਅਨੁਸਾਰ ਇਹਨਾਂ ਸ਼ਬਦਾਂ ਨੂੰ ਤਰਤੀਬ ਦੇਵਾਂਗੇ ਤਾਂ ਨੇਚਰ ਸ਼ਬਦ ਬਣ ਜਾਵੇਗਾ 2020 ਤੋਂ ਬਾਅਦ ਅਗਲਾ ਲੀਪ ਦਾ ਸਾਲ ਕਿਦੋਂ ਆਵੇਗਾ ਇਹ ਆਵੇਗਾ ਜੀ 2024 ਵਿੱਚ ਇਸ ਵੀ ਸਾਲ ਦੇ ਪਿਛਲੇ ਦੋ ਅੱਖਰ 4 ਉੱਤੇ ਬੰਡੇ ਜਾਂਦੇ ਹਨ ਉਹ ਲੀਪ ਦੇ ਸਾਲ ਹੁੰਦੇ ਹਨ ਸਵਾਲ ਨੰਬਰ 97ਵਾਂ ਜੇਕਰ ਵਿਅਕਤੀ ਪੀਲੀਆ ਰੋਗ ਨਾਲ ਪੀੜਿਤ ਹੋਵੇ ਤਾਂ ਉਹਦੇ ਸਰੀਰ ਦਾ ਕਿਹੜਾ ਅੰਗ ਪ੍ਰਭਾਵਿਤ ਹੁੰਦਾ ਹੈ ਇਹ ਹੁੰਦਾ ਹੈ ਜੀ ਲੀਵਰ ਜਿਸ ਨੂੰ ਕਹਿੰਦੇ ਹਾਂ ਅਸੀਂ ਜਿਗਰ ਜੈ ਹਿੰਦ ਦਾ ਨਾਰਾ ਕਿਸ ਨੇ ਦਿੱਤਾ ਸੀ ਇਹ ਦਿੱਤਾ ਸੀ ਜੀ ਸੁਭਾਸ਼ ਚੰਦਰ ਬੋਸ ਨੇ ਜਿਸ ਤਰ੍ਹਾਂ ਚਿੱਤਰ A ਅਤੇ B ਦਾ ਸਬੰਧ ਹੈ ਉਸੇ ਤਰ੍ਹਾਂ ਹੀ C ਅਤੇ D ਸਥਾਪਿਤ ਕਰਨ ਲਈ ਉੱਤਰ ਚਿੱਤਰ ਵਿੱਚੋਂ ਸਹੀ ਉੱਤਰ ਲੱਭੋ ਸਹੀ ਉੱਤਰ ਆਵੇਗਾ ਜੀ ED ਅਗਲਾ ਸਵਾਲ ਜੀ ਘਰਾਂ ਵਿੱਚ ਆਮ ਤੌਰ ਤੇ ਵਰਤੇ ਜਾਣ ਵਾਲੇ ਦਰਪਨ ਨੂੰ ਕੀ ਕਹਿੰਦੇ ਹਨ ਇਹਨੂੰ ਕਹਿੰਦੇ ਹਨ ਜੀ সমਤਲ ਦਰਪਨ ਸਵਾਲ ਨੰਬਰ 101 ਤੁਹਾਡੇ ਲਈ ਜੀ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹ ਕਿਸ ਗੁਰੂ ਸਾਹਿਬ ਦਾ ਉਪਦੇਸ਼ ਸੀ ਤੁਸੀਂ ਆਪਣਾ ਉੱਤਰ ਕਮੈਂਟ ਬਾਕਸ ਵਿੱਚ ਦੇਣਾ ਹੈ ਅਤੇ ਇਹ ਸਵਾਲ ਦਾ ਉੱਤਰ ਅਗਲੀ ਵੀਡੀਓ ਵਿੱਚ ਦਿੱਤਾ ਜਾਵੇਗਾ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਇਹ ਜਾਣਕਾਰੀ ਨੂੰ ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ ਜੀ ਕਿਉਂਕਿ ਗਿਆਨ ਵੰਡਣ ਨਾਲ ਵਾਧਾ ਹੈ ਧੰਨਵਾਦ